ਸ਼ਾਰਟ ਵੀਡੀਓ ਨੰਬਰ 1 ਕਣਕ ਦੀ ਪੈਦਾਵਾਰੀ ਟੈਕਨੋਲੋਜੀ 2022 23 ਤਸਦੀਕਸ਼ੁਦਾ ਬੀਦਾ ਇਸਤੇਮਾਲ ਕਣਕ ਦੀ ਪੈਦਾਵਾਰੀ ਲਾਗਤ ਵਿੱਚ ਕਮੀ ਤੇ ਸਿਹਤਮੰਦ ਫਸਲ ਲਈ ਤਸਦੀਕਸ਼ੁਦਾ ਬੀ ਇਸਤੇਮਾਲ ਕੀਤਾ ਜਾਂਦਾ ਹੈ ਤਸਦੀਕਸ਼ੁਦਾ ਬੀ ਦੀ ਪਛਾਣ ਇਹ ਹੈ ਕਿ ਇਹਦੇ ਥੈਲੇ ਤੇ ਫੈਡਰਲ ਸੀਡ ਸਰਟੀਫਿਕੇਸ਼ਨ ਦਾ ਨੀਲਾ ਟੈਗ ਲੱਗਾ ਹੁੰਦਾ ਹੈ ਜਿਹੜਾ ਪੰਜਾਬ ਸੀਡ ਕਾਰਪੋਰੇਸ਼ਨ ਜਾਂ ਪ੍ਰਾਈਵੇਟ ਸੀਡ ਕੰਪਨੀਆਂ ਦੇ ਡੀਲਰਾਂ ਤੋਂ ਮਿਲ ਰਿਹਾ ਹੈ ਵੀ ਦਾ ਥੈਲਾ ਲੈਣ ਤੋਂ ਪਹਿਲਾਂ ਥੈਲੇ ਦੀ ਸਲਾਈ ਤੇ ਤਸਦੀਕੀ ਟੈਗ ਨੂੰ ਚੰਗੀ ਤਰ੍ਹਾਂ ਵੇਖ ਲਓ ਤੇ ਇਸ ਗੱਲ ਨੂੰ ਯਕੀਨੀ ਬਣਾਓ ਕਿ ਥੈਲਾ ਪਹਿਲੇ ਤੋਂ ਖੁੱਲਿਆ ਹੋਇਆ ਨਹੀਂ ਹਕੂਮਤ ਪੰਜਾਬ ਵੱਲੋਂ ਕਾਸ਼ਤਕਾਰਾਂ ਨੂੰ ਕਣਕ ਦੀਆਂ ਚੁਣੀਆਂ ਹੋਈਆਂ ਤਸਦੀਕਸ਼ੁਦਾ ਕਿਸਮਾਂ ਤੇ 1200 ਰੁਪਏ ਫੀ ਥੈਲਾ ਵਾਊਚਰ ਦੇ ਜ਼ਰੀਏ ਸਬਸਿਡੀ ਦਿੱਤੀ ਜਾ ਰਹੀ ਹੈ ਸੂਬਾ ਪੰਜਾਬ ਦੇ ਬਹੁਤੇ ਕਾਸ਼ਤਕਾਰ ਕਰਦੇ ਬੀਨੂ ਕਣਕ ਦੀ ਬਿਵਾਈ ਲਈ ਇਸਤੇਮਾਲ ਕਰਨ ਤੋਂ ਪਹਿਲਾਂ ਸੀਡ ਗ੍ਰੇਡਰ ਨਾਲ ਬੀ ਦੀ ਸਫਾਈ ਕਰ ਲਓ ਸੀਡ ਗ੍ਰੇਡਰ ਨਾ ਹੋਵੇ ਤੇ ਛੱਜ ਜਾਂ ਛਾਨਣੇ ਨਾਲ ਬੀ ਦੀ ਚੰਗੀ ਤਰ੍ਹਾਂ ਸਫਾਈ ਕਰ ਲਓ ਤਾਂ ਕਿ ਟੁੱਟਿਆ ਬੀਜ ਅਲੱਗ ਹੋ ਜਾਵੇ ਕਰਦੇ ਸਾਫ਼ ਕਰਦਾ ਬੀਜ ਤੇ ਤਸਦੀਕ شدہ ਬੀਜ ਦੀ ਅਗਾਉ ਦੀ ਸ਼ਰਾ तकरीबन 1 ਕੋਈ ਹੁੰਦੀ ਹੈ ਬਿਵਾਈ ਤੋਂ ਪਹਿਲਾਂ ਬੀ ਨੂੰ ਵਜ਼ਨ ਕਰਕੇ ਫਫੂੰਦੀ ਕੁਛ ਜ਼ਹਿਰ ਲਾਣਾ ਚਾਹੀਦਾ ਹੈ ਜ਼ਹਿਰ ਲਾਣ ਤੋਂ ਪਹਿਲਾਂ ਕਾਸ਼ਤਕਾਰ ਦਸਤਾਨੇ ਦਾ ਇਸਤੇਮਾਲ ਕਰਨ ਤਾਂ ਕਿ ਕਿਸੇ ਕਿਸਮ ਦੇ ਹਾਦਸੇ ਤੋਂ ਮਹਿਫੂਜ਼ ਰਹਿ ਸਕਣ 50 ਕਿਲੋ ਬੀ ਲਈ 100 ਗ੍ਰਾਮ ਜ਼ਹਿਰ ਅੱਧਾ ਲੀਟਰ ਪਾਣੀ ਵਿੱਚ ਮਿਲਾ ਕੇ ਇਸਤੇਮਾਲ ਕੀਤਾ ਜਾਂਦਾ ਹੈ ਬੀ ਨੂੰ ਜ਼ਹਿਰ ਲਾਨ ਲਈ ਬਿਹਤਰ ਹੈ ਕਿ ਘੁੰਮਣ ਵਾਲਾ ਡਰਮ ਇਸਤੇਮਾਲ ਕੀਤਾ ਜਾਵੇ ਜੇ ਡਰਮ ਨਾ ਹੋਵੇ ਤੇ ਪਲਾਸਟਿਕ ਦੀ ਬੋਰੀ ਦੇ ਵਿੱਚ ਵੀ ਤੇ ਸਿਫਾਰਿਸ਼ ਕਰਦਾ ਜ਼ਹਿਰ ਪਾ ਕੇ ਬੋਰੀ ਦામੂ ਦੋਵਾਂ ਪਾਸੋਂ ਬੰਨ ਕੇ ਚੰਗੀ ਤਰ੍ਹਾਂ ਹਲਾਓ ਤਾਂਜੇ ਬੀਨੂ ਚੰਗੀ ਤਰ੍ਹਾਂ ਜ਼ਹਿਰ ਲੱਗ ਜਾਵੇ ਇਹਦੇ ਨਾਲ ਫਸਲ ਬਿਮਾਰੀਆਂ ਤੋਂ ਮਹਫੂਜ਼ ਰਹਿੰਦੀ ਹੈ ਕਾਸ਼ਤਕਾਰ ਬਾਰਾਨੀ ਇਲਾਕਿਆਂ ਵਿੱਚ 20 ਨਵੰਬਰ ਤੱਕ ਤੇ ਆਪਾਸ਼ ਇਲਾਕਿਆਂ ਵਿੱਚ ਨਵੰਬਰ ਦੇ ਮਹੀਨੇ ਵਿੱਚ ਕਣਕ ਦੀ ਬਿਜਾਈ ਨੂੰ ਮੁਕੰਮਲ ਕਰਨ ਤਾਂਜੇ ਫੀ ਏਕੜ ਭਰਪੂਰ ਪੈਦਾਵਾਰ ਹਾਸਲ ਕੀਤੀ ਜਾ ਸਕੇ